सरकार पिछले आंदोलन में भी कहती थी, प्रधानमंत्री जी भी कहते थे, सरकार भी कहती थी कि हम बस एक कॉल की दूरी पे हैं, लेकिन ना तो वो सरकार की तरफ से कभी कॉल आई, ना ही वो सरकार का मोबाइल नंबर हमें दिया गया कि भी नंबर कौन से कॉल से आएगी। तो ये बयान आते आते 12-13 दिन हो चुके हैं, अब तक तो हमें कोई इन्विटेशन बातचीत का आया नहीं। जो आपने किसान नेताओं, किसान पदाधिकारियों के घरों के बाहर जो आपने पुलिस बैठाई, एक बार वोट आगे देख लो, पता लग जाएगा कि हरियाणा कितना आंदोलन में है, कितना आंदोलन में नहीं है। ये देश के करोड़ों किसानों की भावनाओं से बना हुआ आंदोलन है, और जिस किसान को ये लगता है कि MSP जरूरी है, कर्ज मुक्ति जरूरी है, लखीमपुर खीरी के लोगों को न्याय दिलाना जरूरी है, कर्ज माफी जरूरी है, C2+50% का फार्मूला लागू कराना जरूरी है, वो लोग बैठे हैं। मैं कह रहा हूँ 2024 की छोड़ो, चाहे 2029 के चुनाव की आचार संहिता लग जाए, चाहे 2034 के चुनाव की आचार संहिता लग जाए, जब तक मांगे पूरी नहीं होगी तब तक आंदोलन जारी रहेगा। खनौरी बॉर्डर ते किसानां नूं बैठे हुए 18 दिन जिहड़े हो चुके ने, किसान अपनियां मंगां नूं लेके वरदे मींह दे विच वी इत्थे बैठे हुए नजर आ रहे ने। फिलहाल अगली रणनीति की है इस बाबते दे उत्ते किसान आगू साडे नाल मौजूद ने, लखविंदर सिंह औलख साडे नाल हरियाणा तों मौजूद ने, कोटबुड्डा जी मौजूद ने, ते नाल नाल अभिमन्यू कुहाड वी मौजूद ने। ਔਲਖ ਸਾਹਿਬ, ਪਹਿਲਾਂ ਕੋਟਬੁੱਢੇ ਤੁਹਾਡੇ ਕੋਲ ਆ ਜਾਂਦੇ ਆ, ਪਹਿਲਾਂ ਇਹ ਦੱਸ ਦਿਓ ਜੀ ਪੂਰੀ ਅੱਜ ਦੀ ਕੀ ਸਥਿਤੀ ਹੈ ਤੇ ਕੱਲ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਧਰਨੇ ਦੀ ਕੀ ਰੂਪਰੇਖਾ ਰਹੇਗੀ। ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦਾ ਧੰਨਵਾਦ ਕਰ ਦਿੰਦੇ ਜਿਹੜਾ ਰੋਜ਼ ਦੀ ਰੋਜ਼ ਅੱਜ 18 ਦਿਨ ਹੋ ਗਏ ਡਿਊਟੀ ਨਿਭਾਉਂਦਿਆਂ ਨੂੰ, ਔਰ ਸਾਡਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਅਤੇ SMM ਵੱਲੋਂ ਲਗਾਤਾਰ ਜਿਹੜਾ ਵਾ ਸ਼ੰਭੂ ਬਾਰਡਰ, ਖਨੌਰੀ ਬਾਰਡਰ, ਇੱਕ ਸਾਡਾ ਫਤਿਹਾਬਾਦ ਦੇ ਵਿੱਚ ਵੀ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਮੋਰਚਾ ਚੱਲ ਰਿਹਾ, ਔਰ ਉਹਦੇ ਵਿੱਚ ਕਾਫੀ ਕੱਲ ਵੀ ਚਰਚਾ ਹੋਈ, ਮੀਟਿੰਗ ਲੱਗੀ ਸ਼ੰਭੂ ਬਾਰਡਰ ਤੇ, ਦੂਸਰੇ ਫੋਰਮ ਦੇ ਨਾਲ ਵੀ 5-5 ਮੈਂਬਰੀ ਜਿਹੜੀ ਹੈ ਕਮੇਟੀ ਉਹਦੇ ਵਿੱਚ ਹਾਜ਼ਰ ਹੋਈ, ਜਿਹਦੇ ਵਿੱਚ ਆਪਣੇ ਲਖਵਿੰਦਰ ਸਿੰਘ ਜੀ, ਮੰਨੂ ਜੀ ਇਧਰੋਂ ਸਾਡੀ ਡਿਊਟੀ ਲੱਗੀ, ਬਾਕੀ 2 ਸਾਥੀ ਉਧਰੋਂ ਉਹਨਾਂ ਦੀ ਸਰਵਣ ਭੰਦੇਤ ਦੀ, ਔਰ ਜਿਹਦੇ ਵਿੱਚ ਇੱਕ ਵਿਚਾਰਿਆ ਗਿਆ ਕਿ ਸਾਡਾ ਜਿਹੜਾ ਅੱਜ ਵੀ ਮਿਸ਼ਨ ਆ ਕਿ ਦਿੱਲੀ ਕੂਚ ਕਰੋ, ਔਰ ਦਿੱਲੀ ਜਾਣ ਵਾਸਤੇ ਅਸੀਂ ਤਿਆਰ ਬੈਠੇ ਹਾਂ, ਔਰ ਸਰਕਾਰ ਨੇ ਵੱਡੇ ਪੱਧਰ 'ਤੇ ਤਸਦੀਕ ਕਰਕੇ ਨੌਜਵਾਨਾਂ ਦਾ ਵੱਡੇ ਪੱਧਰ 'ਤੇ ਕਾਣ ਕੀਤਾ, ਜਿਵੇਂ ਸਾਡਾ ਨੌਜਵਾਨ ਸ਼ੁਭਕਰਨ ਜਿਹੜਾ ਵਾ ਉਹਨੂੰ ਸ਼ਹੀਦ ਕਰ ਦਿੱਤਾ, ਸਾਡੇ ਪਿਰਤਪਾਲ ਜਿਹੜਾ ਵਾ ਨੌਜਵਾਨ ਉਹਨੂੰ ਅਗਵਾਹ ਕਰਕੇ ਲੈ ਗਏ, ਕੁੱਟ ਮਾਰ ਕੇ ਬੋਰੀ ਦੇ ਵਿੱਚ ਪਾ ਕੇ ਲੈ ਗਏ, ਬਾਕੀ ਵੀ ਕੁਝ ਸਾਥੀਆਂ ਦੇ ਵੱਡੇ ਪੱਧਰ 'ਤੇ ਤਸਦੀਕ ਕੀਤਾ, ਕਈਆਂ ਦੀਆਂ ਅੱਖਾਂ ਵੀ ਬੈਠ ਗਈਆਂ, ਬਹੁਤ ਵੱਡਾ ਨੁਕਸਾਨ ਕੀਤਾ, ਔਰ ਅਸੀਂ ਇਹ ਵਿਚਾਰ ਚਰਚਾ ਕਰਕੇ ਕਿ ਅਸੀਂ ਦਿੱਲੀ ਜਾਵਾਂਗੇ, ਸ਼ਾਂਤਮਈ ਨਾਲ ਜਾਵਾਂਗੇ, ਟਰੈਕ ਟਰਾਲੀਆਂ ਨਾਲ ਬੈਠੇ ਹਾਂ, ਜਦੋਂ ਸਰਕਾਰ ਪਿੱਛੇ ਹਟਦੀ ਆ ਆਪਣੇ ਜਬਰ ਕਰਨ ਤੋਂ, ਧੱਕੇਸ਼ਾਹੀ ਕਰਨ ਤੋਂ, ਤੇ ਅਸੀਂ ਦਿੱਲੀ ਦੀਆਂ ਤਿਆਰੀਆਂ ਨੂੰ ਰਣਨੀਤੀ ਬਣਾ ਕੇ ਬੈਠੇ ਹੋਏ ਹਾਂ, ਉਹਦੇ ਨਾਲ ਨਾਲ ਜਿਹੜਾ ਬਾਕੀ ਅਸੀਂ ਇੱਕ ਮੋਰਚਾ ਜਿਹੜਾ ਵਾ ਜਿਵੇਂ ਡੱਬ ਵਾਲੀ ਆ ਇਧਰਲੇ ਪਾਸੇ ਵੀ ਕਿਸਾਨ ਉਹ ਚਲਾਉਣਗੇ, ਔਰ ਉੱਥੇ ਜੇ ਕਿਸਾਨਾਂ ਨੂੰ ਸਰਕਾਰ ਉੱਥੇ ਰੋਕਦੀ ਆ, ਤਸਦੀਕ ਕਰਦੀ ਆ, ਤੇ ਸਰਕਾਰ ਉੱਥੇ ਵੀ ਮੋਰਚਾ, ਕਿਸਾਨ ਮੋਰਚਾ ਜਿਹੜਾ ਉਹ ਚਲਾਉਣਗੇ। ਡੱਬ ਵਾਲੀ ਵਿਖੇ ਹੁਣ ਅੱਜ ਤੋਂ ਇਕੱਠਾ ਜਿਹੜਾ ਉੱਥੇ ਸ਼ੁਰੂ ਹੋ ਗਿਆ ਹੋਣਾ? ਹਾਂਜੀ ਹਾਂਜੀ, ਉਹਦੇ 'ਚ ਕਿਸਾਨ ਜਿਹੜੇ ਸਾਰਿਆਂ ਨੂੰ ਕਹਿਤਾ ਵਾ ਉਹ ਜਾਣੇ ਸ਼ੁਰੂ ਮਤਲਬ ਹੋ ਗਏ ਨੇ, ਰਾਤ ਨੂੰ ਰਿਪੋਰਟ ਸਾਨੂੰ ਸ਼ਾਮ ਨੂੰ ਮਿਲ ਜਾਣੀ ਹੈ ਕਿੱਦਾਂ ਦਾ ਕੀ ਹੈ ਜਾਂ ਕੱਲ੍ਹ ਤੱਕ ਹੋ ਜੂ, ਔਰ ਉਹਦੇ ਨਾਲ ਨਾਲ ਸ਼ੁਭਕਰਨ ਜਿਹੜਾ ਆਪਣਾ ਨੌਜਵਾਨ ਉਹਦੇ 'ਤੇ ਅਸੀਂ ਅਪੀਲ ਕਰਦੇ ਹਾਂ ਸਾਰੇ ਜਨਤਕ ਲੋਕਾਂ ਨੂੰ, ਭਾਰਤ ਵਾਸੀਆਂ ਨੂੰ, ਵੱਖ ਵੱਖ ਰਾਜਾਂ ਨੂੰ, ਪੰਜਾਬ ਨੂੰ, ਹਰਿਆਣੇ ਨੂੰ ਕਿ ਵੱਡੇ ਪੱਧਰ 'ਤੇ ਉੱਥੇ ਗਿਣਤੀ ਦੇ ਵਿੱਚ ਪਹੁੰਚੋ, ਔਰ ਉਹਦਾ ਜਿਹੜਾ ਵਾ ਪੂਰੇ ਇਕੱਲੇ ਭਾਰਤ ਨੇ ਵਿਸ਼ਵ ਪੱਧਰ 'ਤੇ ਜਿਹੜਾ ਵਾ ਇੱਕ ਦੁਨੀਆ 'ਤੇ ਗਿਆ ਕਿ ਸਰਕਾਰ ਨੇ ਵੱਡਾ ਜਬਰ ਢਾਇਆ ਔਰ
ਕਿਸਾਨਾਂ ਦਾ ਨੌਜਵਾਨਾਂ ਦਾ ਜਿਹੜਾ ਨੁਕਸਾਨ ਕੀਤਾ ਤੇ ਉਹਦਾ ਸ਼ਹੀਦੀ ਦਿਹਾੜਾ ਜਿਹੜਾ ਵਾ ਪਿੰਡ ਵੱਲੋਂ ਕੇ ਮਨਾਇਆ ਜਾਵੇ ਔਰ ਉਹਦੇ ਨਾਲ ਨਾਲ ਸ਼ੰਭੂ ਬਾਰਡਰ ਜਿਵੇਂ ਖਨੌਰੀ ਬਾਰਡਰ ਜਾਂ ਜਿੱਥੇ ਜਿੱਥੇ ਵੀ ਆਪਣੇ ਮੋਰਚੇ ਚੱਲ ਰਹੇ ਜਾਂ ਦੇਸ਼ ਭਰ 'ਚ ਵੀ ਜਿੱਥੇ ਜਿੱਥੇ ਕੋਈ ਲੋਕ ਆ ਉਹਨੂੰ ਸ਼ਰਧਾ ਦੇ ਫੁੱਲ ਜਿਹੜੇ ਵੱਖ ਵੱਖ ਥਾਵਾਂ 'ਤੇ ਵੀ ਕਰਨਗੇ। ਖਨੌਰੀ ਬਾਰਡਰ ਤੋਂ ਵੀ ਕੱਲ੍ਹ ਸ਼ਰਧਾ ਦੇ ਫੁੱਲ ਭੇਟ ਹੋਣਗੇ ਕਿਉਂਕਿ ਇੱਥੇ ਉਹਨਾਂ ਦੀ ਸ਼ਹੀਦੀ ਹੋਈ ਆ। ਔਰ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਆ ਉਹਦੇ ਵਿੱਚ ਬਾਕੀ ਜੋ ਵਿਚਾਰ ਚਰਚਾ ਵਾ ਜਾਂ ਅਗਲੀ ਰਣਨੀਤੀ ਆ ਫਿਰ ਜਿਹੜਾ ਵਾ ਉੱਥੇ ਆਪਣੇ ਲੀਡਰ ਜਿਹੜੇ ਆ ਉੱਥੇ ਐਲਾਨ ਕਰਨਗੇ ਕਿ ਅੱਗੇ ਅਸੀਂ ਕੀ ਪ੍ਰੋਗਰਾਮ ਕਰਨਾ ਉਹ ਕੱਲ੍ਹ ਨੂੰ ਰੱਖ ਦਿੱਤਾ ਜਾਊਗਾ। ਪਿੰਡ ਵੱਲੋਂ ਵੀ ਕੀ ਐਲਾਨ ਹੋਵੇਗਾ ਜੀ? ਹਾਂਜੀ 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 ਧੰਨਵਾਦ ਜੀ। ਪਹਾੜ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੁਣ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਗੱਲਬਾਤ ਟੁੱਟੀ ਹੋਈ ਨੂੰ ਤੇ ਕਿਸਾਨ ਵੀ ਹੁਣ ਜਿਹੜੇ ਬਾਰਡਰਾਂ ਦੇ ਉੱਤੇ ਖੜ ਗਏ ਨੇ ਕਿਹਾ ਜਾ ਰਿਹਾ ਜਿਸ ਤਰ੍ਹਾਂ ਕੋਟਬੁੱਡਾ ਸਾਹਿਬ ਨੇ ਦੱਸਿਆ ਕਿ ਜਦੋਂ ਸਾਡਾ ਦਿੱਲੀ ਪ੍ਰੋਗਰਾਮ ਦਾ ਕੁਝ ਤਾਂ ਜ਼ਰੂਰ ਹੈ ਜਦੋਂ ਸਰਕਾਰ ਪਿੱਛੇ ਹਟੇਗੀ ਲੇਕਿਨ ਉਦੋਂ ਹੀ ਅੱਗੇ ਵਧਾਂਗੇ ਕੀ ਹੁਣ ਸਰਕਾਰ ਨਾਲ ਇਸ ਦਾ ਮਤਲਬ ਸਮਝਿਆ ਜਾਵੇ ਗੱਲਬਾਤ ਚੱਲ ਰਹੀ ਹੈ? ਦੇਖੋ ਸਰਕਾਰ ਕੇ ਸਾਥ ਠੀਕ ਉਸੀ ਤਰੀਕੇ ਬਾਤ ਚੱਲ ਰਹੀ ਹੈ ਜੈਸੇ ਪਿਛਲੇ ਅੰਦੋਲਨ ਮੇਂ ਚੱਲ ਰਹੀ ਥੀ। ਸਰਕਾਰ ਪਿਛਲੇ ਅੰਦੋਲਨ ਮੇਂ ਵੀ ਕਹਿਤੀ ਥੀ, ਪ੍ਰਧਾਨ ਮੰਤਰੀ ਜੀ ਵੀ ਕਹਿਤੇ ਥੇ, ਸਰਕਾਰ ਵੀ ਕਹਿਤੀ ਥੀ ਕਿ ਹਮ ਬਸ ਏਕ ਕੌਲ ਕੀ ਦੂਰੀ ਪੇ ਹੈ, ਲੇਕਿਨ ਨਾ ਤੋ ਵੋ ਸਰਕਾਰ ਕੀ ਤਰਫ ਸੇ ਕਭੀ ਕੌਲ ਆਈ, ਨਾ ਹੀ ਵੋ ਸਰਕਾਰ ਕਾ ਮੋਬਾਈਲ ਨੰਬਰ ਹਮੇਂ ਦੀਆ ਗਿਆ ਕਿ ਵੀ ਨੰਬਰ ਕੌਣ ਸੇ ਕੌਲ ਸੇ ਆਏਗੀ, ਨਾ ਹੀ ਇਹ ਬਤਾਇਆ ਗਿਆ ਵੋ ਕੌਲ ਕਰੇਗਾ ਕੌਣ। 13 ਮਹੀਨੇ ਬੀਤ ਕੇ ਕੋਈ ਕੌਲ ਨਹੀਂ ਆਈ। ਉਸੀ ਤਰੀਕੇ ਸੇ ਸਰਕਾਰ ਅੱਜ ਵੀ ਕਿਆ ਕਰ ਰਹੀ ਹੈ, ਬਾਰ ਬਾਰ ਕ੍ਰਿਸ਼ੀ ਮੰਤਰੀ ਜੀ ਬਿਆਨ ਦੇਤੇ ਹੈ ਕਿ ਭਾਈ ਹਮ ਬਾਤਚੀਤ ਕੋ ਤਿਆਰ ਹੈ, ਬਾਤਚੀਤ ਸੇ ਮਾਮਲਾ ਸੁਲਝਾਏਂਗੇ, ਜਲਦ ਬਾਤਚੀਤ ਹੋਗੀ, ਲੇਕਿਨ ਉਨਕੇ ਯੇ ਬਿਆਨ ਆਤੇ ਆਤੇ 12-13 ਦਿਨ ਹੋ ਚੁਕੇ ਹੈ, ਅਬ ਤੱਕ ਤੋ ਹਮੇ ਕੋਈ ਇਨਵੀਟੇਸ਼ਨ ਬਾਤਚੀਤ ਕਾ ਆਇਆ ਨਹੀਂ ਹੈ, ਕੋਈ ਨਿਯੋਤਾ ਹਮੇ ਬਾਤਚੀਤ ਕਾ ਆਇਆ ਨਹੀਂ ਹੈ। ਤੋ ਖਾਲੀ ਇਹ ਕਹਿਣੇ ਸੇ ਕਿ ਹਮ ਬਾਤਚੀਤ ਕੇ ਲਈ ਤਿਆਰ ਹੈ, ਖਾਲੀ ਇਹ ਕਹਿਣੇ ਸੇ ਤੋ ਬਾਤਚੀਤ ਹੋ ਨਹੀਂ ਜਾਏਗੀ। ਅਗਰ ਮਾਨਨੀਯ ਕ੍ਰਿਸ਼ੀ ਮੰਤਰੀ ਜੀ, ਮਾਨਨੀਯ ਕਾਮਰਸ ਮਿਨਿਸਟਰ ਪਿਊਸ਼ ਗੋਇਲ ਜੀ, ਅਬ ਤੋ ਉਹ ਅਬੂਧਾਬੀ ਸੇ ਵੀ WTO ਕੇ ਮਿਨਿਸਟਰ ਬੈਠਕ ਸੇ ਵੀ ਵਾਪਸ ਆ ਗਏ ਹੈ, ਅਗਰ ਉਨਕੋ ਲਗਤਾ ਹੈ ਕਿ ਬਾਤਚੀਤ ਕਰਨੀ ਚਾਹੀਏ, ਤੋ ਜੈਸੇ ਪਹਿਲੇ 4 ਰਾਊਂਡ ਕੀ ਮੀਟਿੰਗੋ ਕੇ ਲਈ ਉਨ੍ਹਾਂ ਚਿੱਠੀ ਭੇਜੀ ਲਿਖ ਕੇ ਕਿ ਭਾਈ ਫਲਾਣੀ ਤਾਰੀਖ ਕੋ ਫਲਾਣੇ ਵਜੇ ਔਰ ਫਲਾਣੀ ਜਗ੍ਹਾ ਪੇ ਮੀਟਿੰਗ ਹੋਗੀ ਕਿਸਾਨ ਸੰਗਠਨੋ ਕੇ ਸਾਥ, ਯਹੀ ਇਹ ਮੰਤਰੀ ਆਏਂਗੇ, ਉਹ ਚਿੱਠੀ ਭੇਜੇ। ਅਗਰ ਉਹ ਚਿੱਠੀ ਹਮੇ ਭੇਜੇਂਗੇ ਤੋ ਨਿਸ਼ਚਿਤ ਤੌਰ ਪੇ ਹਮ ਬਾਤ ਕਰੇਂਗੇ, ਬਈ ਮੁੱਦੇ ਕਾ ਹਾਲ ਤੋ ਬਾਤਚੀਤ ਸਹੀ ਹੋਗਾ ਨਾ, ਅੰਦੋਲਨ ਕਾ ਹਾਲ ਤੋ ਬਾਤਚੀਤ ਸਹੀ ਹੋਗਾ, ਮਾਂਗੇ ਪੂਰੀ ਤੋ ਬਾਤਚੀਤ ਸਹੀ ਹੋਗੀ, ਲੇਕਿਨ ਉਨਕੋ ਸੀਰੀਅਸ ਹੋਣਾ ਪੜੇਗਾ ਨਾ ਬਾਤੋਂ ਕੇ ਲੀਏ। ਖਾਲੀ ਇਹ ਕਹਿ ਦੇਣੇ ਕੇ ਲਈ ਹਮ ਬਾਤਚੀਤ ਕੇ ਲਈ ਤਿਆਰ ਹੈ, ਆਪਸੇ ਪਹਿਲੇ ਤਿਆਰ ਹਮ ਬੈਠੇ ਹਾਂ ਬਾਤਚੀਤ ਕੇ ਲੀਏ, ਲੇਕਿਨ ਆਪ ਬਤਾਓ ਤੋ ਸਹੀ ਬਾਤਚੀਤ ਕਬ ਕਰਨੀ ਹੈ, ਕਿਸ ਸਮੇਂ ਕਰਨੀ ਹੈ, ਕਿਸ ਜਗ੍ਹਾ ਪੇ ਕਰਨੀ ਹੈ। ਤੋ ਜੋ ਸਰਕਾਰ ਕਾ ਜੋ ਰਵੱਈਆ ਹੈ ਵੋ ਰਵੱਈਆ ਠੀਕ ਨਹੀਂ ਹੈ। ਦੇਖੋ ਇਸ ਅੰਦੋਲਨ ਕੋ ਜਾਣ ਬੁੱਝ ਕੇ ਸਰਕਾਰ ਦਬਾ ਕੇ ਇਹ ਦਿਖਾਉਣਾ ਚਾਹਤੀ ਹੈ ਕਿ ਇਹ ਅੰਦੋਲਨ ਸਿਰਫ ਪੰਜਾਬ ਤੱਕ ਜਾਂ ਸਿਰਫ ਹਰਿਆਣਾ ਤੱਕ ਸੀਮਿਤ ਹੈ, ਲੇਕਿਨ ਮੈਂ ਇੱਕ ਬਾਤ ਕਹਿਣਾ ਚਾਹ ਰਹਾ ਹੂੰ, ਅਗਰ ਸਰਕਾਰ ਇਹ ਦੇਖਣਾ ਚਾਹ ਰਹੀ ਹੈ ਕਿ ਹਰਿਆਣਾ ਕਿਤਨਾ ਇਸ ਅੰਦੋਲਨ ਕੇ ਸਾਥ ਜੁੜਿਆ ਹੁਆ ਹੈ, ਤੋ ਇੱਕ ਬਾਰ ਜੋ 50,000 ਕੀ ਪੈਰਾਮਿਲਟਰੀ ਫੋਰਸ ਆਪਣੇ ਹਰਿਆਣਾ ਮੇਂ ਡਿਪਲੋਏ ਕਰ ਰੱਖੀ ਹੈ, ਜੋ ਆਪਣੇ ਕਿਸਾਨ ਨੇਤਾਓ ਕਿਸਾਨ ਪਦਾਧਿਕਾਰੀਓ ਘਰੋਂ ਕੇ ਬਾਹਰ ਜੋ ਆਪਣੇ ਪੁਲਿਸ ਬੈਠਾ ਰੱਖੀ ਹੈ, ਇੱਕ ਬਾਰ ਵੋਟ ਆ ਕੇ ਦੇਖ ਲਓ, ਪਤਾ ਲੱਗ ਜਾਏਗਾ ਕਿ ਹਰਿਆਣਾ ਕਿਤਨਾ ਅੰਦੋਲਨ ਮੇਂ ਹੈ, ਕਿਤਨਾ ਅੰਦੋਲਨ ਮੇਂ ਨਹੀਂ ਹੈ। ਆਜ ਵੀ ਹਰਿਆਣਾ ਨੇ ਵਹਾਂ ਕਿਸਾਨੋ ਨੇ ਆਪਣੇ ਸਤਰ ਪੇ, ਫਤਿਹਾਬਾਦ ਮੇਂ ਵੀ ਵਹਾਂ ਕੇ ਸੰਗਠਨੋ ਨੇ ਧਰਨਾ ਲਗਾਇਆ ਹੁਆ ਹੈ, ਜਰਨੈਲ ਸਿੰਘ ਚਹਿਲ ਜੀ ਕੀ ਅਗਵਾਈ ਮੇਂ, ਜੋ ਇੱਕ ਟਿਟੋਲੀ ਗਾਓਂ ਪੜਤਾ ਹੈ ਰੋਹਤਕ ਮੇਂ, ਜੀਂਦ ਰੋਹਤਕ ਰੋਡ ਪੇ, ਵਹਾਂ ਕੀ ਖਾਪੋ ਨੇ ਉਸ ਗਾਓਂ ਨੇ ਬਹੁਤ ਮਜ਼ਬੂਤ ਧਰਨਾ ਵਹਾਂ ਪੇ ਲਗਾਇਆ ਹੁਆ ਹੈ। ਆਪਕਾ ਚਰਖੀ ਦਾਦਰੀ ਡਿਸਟ੍ਰਿਕਟ ਮੇਂ ਕੱਲ ਸੇ ਧਰਨਾ ਸ਼ੁਰੂ ਹੋ ਗਿਆ ਹੈ, ਦੋ ਦਿਨ ਪਹਿਲੇ ਹਰਿਆਣਾ ਕੇ ਸੋਨੀਪਤ ਜ਼ਿਲ੍ਹੇ ਮੇਂ ਸੈਕੜੋਂ ਟਰੈਕਟਰੋਂ ਕਾ ਮਾਰਚ ਹੁਆ ਹੈ, ਇੱਕ ਦੋ ਦਿਨ ਮੇਂ ਪਾਣੀਪਤ ਮੇਂ ਟਰੈਕਟਰੋਂ ਕਾ ਮਾਰਚ ਹੋਣੇ ਵਾਲਾ ਹੈ। ਕਿਸਾਨੋ ਨੇ ਹੀ ਆਪਣੇ ਸਤਰ ਪੇ ਬਾਂਸ ਮੇਂ ਵੀ ਇਸਾਰ ਕੇ ਧਰਨਾ ਲਗਾਇਆ ਹੁਆ ਹੈ, ਔਰ 3-4 ਦਿਨ ਪਹਿਲੇ ਮੱਧ ਪ੍ਰਦੇਸ਼ ਕੇ ਅਸ਼ੋਕ ਨਗਰ ਜ਼ਿਲ੍ਹੇ ਮੇਂ ਹਮਾਰੇ ਸਾਥੀਓ ਨੇ 500 ਟਰੈਕਟਰੋਂ ਕੇ ਸਾਥ ਵਹਾਂ ਕੇ ਬੀਜੇਪੀ ਸਾਂਸਦ ਕੇ ਘਰ ਕਾ ਘੇਰਾਓ ਕੀਆ, ਜੋ ਵੀਡੀਓ ਸੋਸ਼ਲ ਮੀਡੀਆ ਪੇ ਵਾਇਰਲ ਹੋ ਰਹੀ ਹੈ। ਲੇਕਿਨ ਅਸਲ ਮੇਂ ਪ੍ਰੋਬਲਮ ਕਿਆ ਹੈ, ਇਹ ਦੇਸ਼ ਕੀ ਜਨਤਾ ਕੋ ਵੀ ਸਮਝਣਾ ਪੜੇਗਾ। 13 ਤਾਰੀਖ ਸੇ ਅੰਦੋਲਨ ਸ਼ੁਰੂ ਹੁਆ, 13 ਤਾਰੀਖ ਸੇ ਹੀ ਹਮਾਰਾ ਟਵਿੱਟਰ ਬੰਦ ਕਰ ਦਿਆ, ਹਮਾਰਾ ਫੇਸਬੁੱਕ ਪੇ ਅਕਾਊਂਟ ਪੇਜ ਬੰਦ ਕਰ ਦਿਆ, ਵੋ ਅਭੀ ਇੱਕ ਦੋ ਦਿਨ ਪਹਿਲੇ ਚਲਾਇਆ ਹੈ। ਤੋ ਸਰਕਾਰ ਨਹੀਂ ਚਾਹਤੀ ਕਿ ਹਮਾਰੀ ਬਾਤ ਜਨਤਾ ਤੱਕ ਜਾਏ,
कोई किसान के बारे में ट्वीट कर देता है, सरकार उसी को अकाउंट को बंद कर देती है। दूसरी तरफ कुछ लोग जो कहते हैं कि भाई हम भी किसानी की लड़ाई लड़ रहे हैं, आज तक सरकार ने उनका तो ट्विटर अकाउंट फेसबुक बंद नहीं किया। आज तक उनके ऊपर तो सरकार ने इस समय ये नहीं कर रही कि भाई इनको नजरबंद कर दो या इनको गिरफ्तार कर दो, ये कर दो वो कर दो। उनमें से कुछ लोग कुछ टिप्पणी भी कर रहे हैं आंदोलन के खिलाफ। 13 तारीख से पहले वो डट के विरोध में बोल रहे थे, मोर्चा जम गया, फिर उनकी भाषा बदली। हम तो उनको हाथ जोड़ के प्रार्थना करना चाहते हैं, आप हमसे बड़े लीडर हो, आपके संगठन हमसे बड़े हैं, हम तो नेता भी नहीं, हम तो कार्यकर्ता हैं। भाई कम से कम आपने आंदोलन का तो उस तरीके से साथ नहीं दे रहे, कोई बात नहीं, लेकिन कम से कम विरोध तो मत करो, इस आंदोलन के खिलाफ झूठा दुष्प्रचार तो मत करो, क्योंकि ये सिर्फ एसकेएम राजनीतिक और किसान मजदूर मोर्चा का आंदोलन नहीं है, ये देश के करोड़ों किसानों की भावनाओं से बना हुआ आंदोलन है। और जिस किसान को ये लगता है कि एमएसपी जरूरी है, कर्ज मुक्ति जरूरी है, लखीमपुर खीरी के लोगों को न्याय दिलाना जरूरी है, कर्ज माफी जरूरी है, C2+50% का फार्मूला लागू कराना जरूरी है, वो लोग बैठे हैं। और एक बात और स्पष्ट कर दें, कभी सरकार ये सोचती हो कि भैया अब आचार संहिता लग जाएगी फिर क्या करेंगे, ये मैं कह रहा हूं 2024 की छोड़ो, चाहे 2029 के चुनाव की आचार संहिता लग जाए, चाहे 2034 के चुनाव की आचार संहिता लग जाए, जब तक मांग पूरी नहीं होगी तब तक आंदोलन जारी रहेगा। जो जथेबंदी के आगू की गल की है, उन्होंने स्पष्ट यही कहना है कि जथेबंदियां उन्होंने को आंदियां ने क्योंकि उन्होंने को वड्डा काफला है। देखो मैं एक बात कह रहा हूं, एक बात स्पष्ट है, अगर मैं आपको हरियाणा की बात कहूं, हरियाणा में किसान विचारों के साथ है, मुद्दों के साथ है, ठीक है। भाई कुछ लोगों को ये भ्रम हो गया था कि भाई सब लोग हमारे साथ हैं, चुनाव लड़के देख लिया था ना, क्या नतीजा आया था सबको पता है, आगे भी वो लड़के देख लेंगे, आगे भी जनता उनको, समाज उनको नतीजा दे देगा। एक बात, मैं नाम नहीं लेना चाहता किसी का भी, नहीं तो एक एक चीज सबको पता है, ये जनता सब समझती है, जनता ये भी समझती है कि कोई नेता भाजपा की स्टेज पे जाता है और वहां संकल्प यात्रा में शामिल होकर संकल्प दिलाता है, जनता ये भी समझती है कि पहलवानों का आंदोलन चल रहा था और एक नेता कहता है बीच का रास्ता निकाल लेना चाहिए, बहन बेटियों की इज्जत, उनके मान सम्मान, उनकी अस्मिता के लिए लड़ाई लड़ रहे हैं लोग, और एक व्यक्ति कहता है बीच का रास्ता निकाल लेना चाहिए, सब पता है। लखीमपुर खीरी में जब नरसंहार हुआ, वो इंडियन एक्सप्रेस की रिपोर्ट है, इंडियन एक्सप्रेस की रिपोर्ट छपी हुई है, उस रिपोर्ट में सब कुछ स्पष्ट है, वो हमें बताने की जरूरत नहीं है, जनता सब जानती है, जनता सब समझती है। लेकिन यह भी कहा जा रहा है कि सद्दा नहीं आ रहा तुहाडे वल्लों तां तैयार वर तैयार ने आउण लई। देखो मैं एक बात उस बात को पूरी कर लूं, मैं कह रहा हूं जनता सब समझती है, सब जानती है, लेकिन हम फिर भी किसी मंच से किसी के खिलाफ नहीं बोलना चाहते, क्योंकि हमारी लड़ाई सरकार की गलत नीतियों के खिलाफ है, हमारी लड़ाई किसी संगठन या किसी नेता के खिलाफ नहीं है, हमारी लड़ाई अपने मुद्दों के लिए है। और मैं आपको एक बात कह रहा हूं, जिम्मेदारी के साथ ये बात कह रहा हूं मैं, ये एक ऑनलाइन पंचायत लगा लो आप इसको, जो इंटरव्यू हो रहा है, मैं ये जिम्मेदारी के साथ बात कहता हूं। देखो ना तो हमने किसी के खिलाफ कभी कटाक्ष किया, ना हम आज कर रहे हैं, ना हम कल करेंगे, लेकिन यदि कोई ऐसी स्थिति बना देगा कि पानी सर से ऊपर जाएगा, तो परमात्मा ने, उस ईश्वर ने, वाहेगुरु ने जुबान हमें भी दी है, मजबूरी बनाएंगे वो तो बोलना पड़ेगा, अगर जबरदस्ती मुंह में उंगली डालेंगे तो जवाब देना पड़ेगा। मैं इसलिए प्रार्थना करना चाह रहा हूं,
भाई किसी और संगठन ने कोई भी प्रोग्राम किया हो, मैं चैलेंज करता हूं आपको, मैं जिम्मेदारी के साथ कहता हूं, अगर किसी और संगठन के, किसी और मोर्चे के, किसी भी कार्यक्रम, किसी भी प्रोग्राम के खिलाफ अगर हमारी तरफ से आज तक एक भी बयान गया हो, एक भी बयान कभी गया हो, आप हमें वो बयान दिखा दो, जो सजा हमें समाज देगा वो सजा हम कबूलने के लिए तैयार हैं। हमने कभी नहीं बोला किसी के खिलाफ, ना आज बोल रहे हैं ना कल बोलेंगे, जो जैसा कर रहा है समाज सब देख रहा है। लेकिन मैं प्रार्थना इतनी भी नहीं किया, पर देखो ये मुझे एक बात बताइए आप भाई, ये कोई हमारा निजी कार्यक्रम तो नहीं है, ये किसानों की लड़ाई है, किसानों की लड़ाई है ना। जिसको ये लगता है एमएसपी गारंटी कानून जरूरी है वो आए मजबूती दे आंदोलन को। और दूसरी एक साधारण सी बात है, ये कोई अकेला हमारा फैसला नहीं है, लखविंदर जी खड़े ये भी आपको बता देंगे। देखो एकता जो होती है, एकता कुछ उसूलों के आधार पर ही होती है ना भाई। दोनों फॉर्मों ने कुछ नियम बनाए, उन नियम के अनुसार जो भी साथी आना चाहता है उनका स्वागत है। और मैं आपको एक बात कह रहा हूं, जिम्मेदारी के साथ कह रहा हूं, ना तो हमें मीडिया का शौक, ना हमें मंच का शौक, ना हमें माइक का शौक, ना हमें मीटिंग का शौक भाई। हम कह रहे हैं अपने मोर्चे की तरफ से, जो दोनों फॉर्मों के नियम कानून मान के जो आना चाहता है उसका स्वागत है। सरकार के साथ मीटिंगें कोई होंगी उसमें भी उनको भेजेंगे, माइक पे बोलने की बात होगी माइक भी उनको देंगे, मंच पे बैठने की बात होगी जब भी उनको देंगे, मीडिया के सामने आने की बात होगी तब भी उनको ही आगे लाएंगे। ये मैं जिम्मेदारी के साथ कह रहा हूं और अपने फोरम की तरफ से कह रहा हूं, दोनों फोरमों की तरफ से कह रहा हूं। लेकिन भाई नियम जो है वो तो सबको मानने पड़ेंगे ना, वो तो हम भी मान रहे हैं, अगर हम नहीं मानेंगे ना तो फोरम हमें भी बाहर करेगा। लेकिन ग्राहक जथेबंदी कहते डिसिप्लिन जिन्ना उन्होंने और किसी है ही नहीं। देखो अच्छी बात है, डिसिप्लिन होना चाहिए। और देखो एक अभी एक साथी आए हुए थे, वो एक बात बोल रहे थे वहां पे कि भाई संगठन वो बड़े हैं जो जुल्म के खिलाफ लड़ रहे हैं, वो संगठन बड़े हैं। उग्रह साहब हमारे लिए मान सम्मान सत्कार के योग्य हैं, इसमें कोई दो राय नहीं है कि उनका बड़ा संगठन है, उनका पुराना तजुर्बा है भाई। अगर उनको लगता है कि ये सारे मुद्दे जरूरी हैं, ये किसान के लिए अगर उनको लगता है किसान की कर्ज माफी जरूरी है, अगर उनको लगता है कि C2+50% का फार्मूला लागू करना जरूरी है, तो हम तो ये कहते हैं कि उनको भी लड़ना चाहिए सरकार के खिलाफ। ये इस समय समय है अपनी मांगे पूरी कराने का। हमारा कोई उग्रह साहब से या किसी से हमारा कोई पर्सनल किसी तरह का द्वेष नहीं है, उनका भी नहीं है। मुद्दा यह है कि भाई हो सकता है लड़ने का तरीका अलग अलग हो, लेकिन सब अपने अपने तरीके से लड़ो। मंजिल तो सबकी यही है ना कि किसान मजदूर का फायदा होना चाहिए। मुद्दा कहने साहब तो पूछा तक नहीं आंदोलन करने तो पहला, ता फिर असी जाइए किस बेस साहब। मैं एक बात कह रहा हूं, हमारे दूसरे वाले साथियों ने, दूसरे वाले फोरम ने 26, 27, 28 तारीख को चंडीगढ़ में मोर्चा लगाया था ना 3 दिन का, ठीक है। हमसे तो नहीं पूछा, हमसे बिल्कुल नहीं पूछा उन्होंने, हमसे कोई डिस्कस नहीं किया। लेकिन क्या हमने उसका विरोध किया, क्या उसके खिलाफ कोई बयान दिया, क्या किसी के खिलाफ कोई गलत बात बोली? आप दिखा दो एक भी बात कोई बोली हो तो। हमारे तो कुछ साथी जो हमारे वॉलंटियर थे, उन्होंने पूछा, बोला जी आंदोलन चल रहा है क्या करना चाहिए? मैंने कहा जाओ कोई बात नहीं, जाना चाहिए, आंदोलन को मजबूती देनी चाहिए, उसमें क्या दिक्कत है। बात तो किसान की है ना, लड़ाई तो किसान की है ना भाई। हमने 13 तारीख की कॉल दी, हमारे पास तो वीडियो है जिसमें बहुत सारे लोगों ने उसके खिलाफ बोला, लेकिन फिर भी हम उनका मान सम्मान सत्कार करते हैं, फिर भी हमारे लिए वो मान सम्मान के योग्य हैं, फिर भी हमें किसी से कोई दिक्कत नहीं है। मैं कह रहा हूं ये किसी की भी निजी लड़ाई नहीं है, ना तो उस तरफ से कोई निजी लड़ाई है, ना हमारी कोई निजी लड़ाई है। हम कह रहे हैं कि जो नियम है उन नियमों को मान के जो आना चाहता है उसका हार्दिक स्वागत है,
हमने और कुछ नहीं चाहिए, ये मांगे पूरी कराना ही हमारा एजेंडा है। एक बार देखिए आप कि हमारे किसान शुभकरण सिंह जी शहीद हो गए, कल उनकी अंतिम अरदास होगी, कल देश भर से लाखों किसान वहां पे पहुंचेंगे, खासकर पंजाब हरियाणा से, और उनकी अंतिम अरदास में ये सौगंध खाएंगे कि जब तक मांगे पूरी नहीं होंगी, जब तक किसानों को न्याय नहीं मिलेगा, तब तक मजबूती से आंदोलन जारी रहेगा, चाहे कितना ही लंबा करना पड़ जाए। दो बॉर्डर देते, देखो अभी जैसे कोटबुड़ा जी बता रहे थे, एक बॉर्डर को और बढ़ाने की तैयारी चल रही है और अलग अलग जगह धरने भी चल रहे हैं, उनको भी बढ़ाया जा रहा है, मजबूती से यहां संख्या बढ़ाई जाएगी। जब तक देखो हमारा एजेंडा जो है, हमारा लक्ष्य है वो है दिल्ली जाना, लेकिन सरकार जिस लेवल पे जाके जुल्म कर रही है, सरकार जिस लेवल पे जाके तानाशाही बरत रही है, सरकार जिस लेवल पे जाके क्रूरता बरत रही है, उस समय हमने ये फैसला किया कि जब तक सरकार अपनी तानाशाही, अपनी क्रूरता नहीं रोकेगी, नहीं उसको कम करेगी, तब तक तो आंदोलन चलेगा यहीं पे, और जब सरकार रास्ता खोलेगी तब हम दिल्ली जरूर जाएंगे, ये बात तय है। देखो हम नहीं चाहते कि भाई किसी भी मां का बेटा ये दुनिया छोड़ के जाए, एक मां का बेटा जा चुका है, इस सरकार को कोई फर्क नहीं पड़ रहा, सरकार तो 20-50 कोर मारने को तैयार बैठी है। भाई हम एमएसपी की लड़ाई लड़ रहे हैं, हम जमीन बचाने की लड़ाई लड़ रहे हैं, जब हमारी अगली पीढ़ी रहेगी, जब अगली पीढ़ी जिंदा होगी, जब हमारे भाई जिंदा होंगे, तभी तो एमएसपी का फायदा है, तभी जमीन बचाने का फायदा। प्रेशर इतने पै रहे सरकार का बैठन, सरकार के उत्ते प्रेशर पै रहे हैं। देखो मुझे तो लगता नहीं कि प्रेशर में कोई कमी है, अगर प्रेशर में कोई कमी होती तो आप एक चीज देखिए, 20 तारीख को ऑफ सीजन में केंद्र सरकार ने फैसला लिया कि गन्ने का एफआरपी 25 रुपया क्विंटल बढ़ा रहे हैं, ऑफ सीजन में लिया ना, उसके दो दिन बाद हरियाणा सरकार ने कहा कि जितना भी सोसाइटियों का जितना भी कर्जा है उसका ब्याज और उसकी पेनल्टी हम सब माफ कर रहे हैं। उसके बाद डब्ल्यूटीओ की बैठक हुई जिसमें पीयूष गोयल जी स्वयं गए, कॉमर्स मिनिस्टर, वहां भारत की सरकार ने क्या कहा, भारत समेत 47 देशों ने लेटर मूव किया और क्या कहा कि जो पब्लिक सेक्टर होल्डिंग के लिए, पीएसएच के लिए, यानी फूड सिक्योरिटी के लिए जो सरकार अनाज प्रोक्यूर करती है, जो अनाज सरकार खरीदती है, उसकी जो 10% की लिमिट है, उसका जो टेम्परेरी अब तक क्लॉज है, उस टेम्परेरी क्लॉज को परमानेंट करे सरकार, डब्ल्यूटीओ, ये भारत समेत 47 देशों का तर्क था, उसको परमानेंट करे, जो उसकी 10% की लिमिट है उसको भी बदला जाए, उसको भी बढ़ाया जाए, जो आपका स्पेशल सेफगार्ड मैकेनिज्म है बाहर से आने वाले किसी भी अनाज के इंपोर्ट पे, उनको मजबूत किया जाए। ये भारत सरकार क्यों कर रही है, क्योंकि इस आंदोलन का प्रेशर है, इस आंदोलन का दबाव है, हमारी मांग है कि भारत का खेती सेक्टर डब्ल्यूटीओ से बाहर आए, इसलिए भारत सरकार को ये करना पड़ रहा है। बाकी जो हमारे लखविंदर जी हैं वो भी आपको बताएंगे। मैं तो सिर्फ इतना प्रार्थना अंत में करना चाहता हूं, मेरी तमाम देश के किसानों से, पंजाब और हरियाणा के किसानों से प्रार्थना है, कल गांव बल्लो, तहसील रामपुरा, जिला बठिंडा, पंजाब में जो हमारे शहीद शुभकरण सिंह जी का अंतिम अरदास होगी, वहां सबको बड़ी संख्या में पहुंचना है और ये संदेश सख्त देना है कि आंदोलन पूरी तरीके से मजबूत है और वहीं से आगे के ऐलान किए जाएंगे। और फिर मेरी प्रार्थना है हाथ जोड़ के, भाई हम तो कहते हैं हम तो नेता भी नहीं, हम तो कार्यकर्ता हैं, हम तो कहते हैं हमारे दोनों मोर्चे बहुत छोटे हैं, दूसरे मोर्चे बड़े हैं, दूसरे नेता बड़े हैं, दूसरे संगठन बड़े हैं, हम तो ये प्रार्थना कर रहे हैं, ये किसान की लड़ाई है, इस लड़ाई को आप मजबूत करें, इस लड़ाई को मजबूती से लड़के जीते, और अगर कोई मजबूत नहीं कर सकता तो कम से कम इसके विरोध में बोल के वो सरकार को मजबूत ना करे, कम से कम फिर वो चुप ही रह जाए, ऐसी हमारी प्रार्थना है। बाकी लखविंदर और सब किस तरह नाल देख दियो, जेकर सरकार पंजाब हरियाणा ते राजस्थान नूं एमएसपी देण दे विच समर्थ रहिंदी है जां कहिंदी गल करदी है कि वह एमएसपी देण नूं तैयार ने, कि किसान राजमंद होणगे, कि किसानां दा धरना खत्म हो जाएगा।
ਦੇਖੋ MSP ਖਰੀਦ ਗਰੰਟੀ ਕਰਾਉਣ ਦੇਸ਼ ਵਾਸਤੇ ਹੈ। ਹਰਿਆਣਾ ਪੰਜਾਬ ਨੂੰ ਤਾਂ ਪਹਿਲਾਂ ਮਿਲ ਰਹੀ ਹੈ, ਜਿੰਨੀ ਥੋੜ੍ਹੀ ਬਹੁਤ ਮਿਲ ਰਹੀ ਹੈ, ਇਹ ਲੜਾਈ ਪੂਰੇ ਦੇਸ਼ ਵਾਸਤੇ ਲੜ ਰਹੇ ਹਾਂ। ਅਤੇ ਤੁਸੀਂ ਦੇਖੋ ਬਰਸਾਤ ਹੋ ਰਹੀ ਹੈ ਅੱਜ, ਕਿਵੇਂ ਟਰਾਲੀਆਂ ਦੇ ਵਿੱਚ ਪਾਣੀ ਆ ਰਿਹਾ, ਤਰਪਾਲਾਂ ਬੰਨੀਆਂ ਜਾ ਰਹੀਆਂ। ਇਹ ਮੋਰਚਾ ਉਵੇਂ ਜਿਵੇਂ ਸਿੰਘੂ ਅਤੇ ਟਿੱਕਰੀ ਅਤੇ ਸ਼ਾਹਜਹਾਂਪੁਰ, ਪਲਵਲ, ਦਾਸਾ, ਖਨੌ 5-6 ਬਾਰਡਰਾਂ 'ਤੇ ਸੀ। ਗਾਜ਼ੀਪੁਰ, ਦਾਸਾ ਬਾਰਡਰ, ਸ਼ਾਹਜਹਾਂਪੁਰ ਬਾਰਡਰ, ਪਲਵਲ ਬਾਰਡਰ, ਟਿੱਕਰੀ ਅਤੇ ਸਿੰਘੂ 6 ਬਾਰਡਰਾਂ 'ਤੇ ਦਿੱਲੀ ਨੂੰ ਘੇਰਿਆ ਸੀ। ਹੁਣ ਤੁਸੀਂ ਥੋੜ੍ਹੀ ਦੇਰ ਪਹਿਲੇ ਪ੍ਰੈਸ਼ਰ ਦੀ ਗੱਲ ਵੀ ਕਰਦੇ ਸੀ, ਉਦੋਂ ਸਿਰਫ ਅਸੀਂ ਬਾਰਡਰਾਂ 'ਤੇ ਬੈਠੇ ਸੀ, ਹੁਣ ਤਾਂ ਸਾਰਾ ਹਰਿਆਣਾ ਬੰਦ ਕਰ ਰੱਖਿਆ। ਅਜੇ ਵੀ ਕੱਲ੍ਹ ਪਰਸੋਂ ਫਿਰ ਨੈੱਟ ਬੰਦ ਕੀਤਾ, ਪਹਿਲਾਂ ਵੀ 15 ਦਿਨ ਨੈੱਟ ਬੰਦ ਕਰ ਰੱਖਿਆ, 13 ਤਰੀਕ ਤੋਂ ਲਗਾਤਾਰ ਇੱਥੇ ਬੈਠੇ ਹੋਏ ਆ। ਅਤੇ ਅੱਜ ਇਸ ਮੋਰਚੇ ਨੂੰ ਹੋਰ ਜੋ ਕੱਲ੍ਹ ਵਧਾਉਣ ਦੀ ਗੱਲ ਕੀਤੀ ਹੈ, ਕੱਲ੍ਹ ਵੱਡੇ ਐਲਾਨ ਵੀ ਕੀਤੇ ਜਾਣਗੇ। ਦੇਖੋ ਪ੍ਰੈਸ਼ਰ ਤਾਂ ਸਰਕਾਰ 'ਤੇ ਪੂਰਾ ਹੈ, ਔਰ ਸਾਡੀ ਕੋਈ ਕਿਸੇ ਨੂੰ ਹਰਾਉਣ ਦੀ ਜਿਤਾਉਣ ਦੀ ਮਨਸ਼ਾ ਨਹੀਂ। ਪਰ ਸਫ਼ਰ ਜ਼ਿਆਦਾ ਪੰਜਾਬ ਦੇ ਲੋਕ ਕਰ ਰਹੇ ਨੇ, ਜਿਨ੍ਹਾਂ ਨੇ ਹਰਿਆਣਾ ਜਾਣਾ ਹੈ ਜਾਂ ਜਿਨ੍ਹਾਂ ਨੇ ਦਿੱਲੀ ਜਾਣਾ, ਸਭ ਤੋਂ ਜ਼ਿਆਦਾ ਸਫ਼ਰ ਪੰਜਾਬ ਦੇ ਲੋਕ ਕਰ ਰਹੇ ਨੇ। ਲੱਗਦਾ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਹਰਾਸਮੈਂਟ ਹੋ ਰਹੀ ਹੈ? ਦੇਖੋ ਇਹ ਤਾਂ ਇਤਿਹਾਸ ਹੈ, ਜਦੋਂ ਦੇਸ਼ ਨੂੰ ਆਜ਼ਾਦ ਕਰਿਆ ਸਫ਼ਰ ਪੰਜਾਬ ਨੇ ਕੀਤਾ, ਜਦੋਂ ਕੋਈ ਵੀ ਹਮਲਾ ਹੋਇਆ ਸਫ਼ਰ ਪੰਜਾਬ ਨੇ ਕੀਤਾ। ਅਤੇ ਪੰਜਾਬ ਦਾ ਸਫ਼ਰ ਜਿਹੜੇ ਲੋਕ ਸਫ਼ਰ ਕਰਦੇ ਨੇ ਉਹਦਾ ਆਨੰਦ ਪੂਰੀ ਦੁਨੀਆ, ਪੂਰਾ ਭਾਰਤ ਮਾਣਦਾ। ਅੱਜ ਵੀ ਉਹੀ ਕੰਮ ਹੈ, ਸਫ਼ਰ ਪੰਜਾਬ ਅਤੇ ਹਰਿਆਣਾ ਕਰ ਰਿਹਾ। ਜਿਹੜਾ ਸੰਯੁਕਤ ਪੰਜਾਬ ਲਾ ਲਓ ਜਾਂ ਜਿਹੜਾ ਸੰਯੁਕਤ ਪੰਜਾਬ ਸੀ, ਉਹ ਆਪਣੇ ਪਿੰਡੇ 'ਤੇ ਹੰਡਾਉਂਦੇ ਨੇ ਸਾਰੀਆਂ ਬਿਪਤਾਵਾਂ ਨੂੰ, ਅਤੇ ਉਹਦਾ ਜਿਹੜਾ ਲਾਹਾ ਹੈ ਉਹ ਸਾਰੇ ਦੇਸ਼ ਨੂੰ ਮਿਲਦਾ। ਅੱਜ ਵੀ ਉਹੀ ਗੱਲ ਹੈ, ਅੱਜ ਅਸੀਂ MSP ਦਾ ਅਤੇ ਕਾਨੂੰਨ ਦੀ ਖਰੀਦ ਕਰਾਉਣ ਦੀ ਗਰੰਟੀ ਦੀ, ਅਤੇ ਸਵਾਮੀਨਾਥਨ ਆਯੋਗ ਦੀ ਸਿਫਾਰਿਸ਼ਾਂ ਲਾਗੂ ਕਰਾਉਣ ਦੀ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਦੀ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨ ਦੀ, ਮਨਰੇਗਾ ਮਜ਼ਦੂਰਾਂ ਦੀ, ਸਾਰੀਆਂ 12 ਮੰਗਾਂ 'ਤੇ ਲੜਾਈ ਲੜ ਰਹੇ ਹਾਂ। ਔਰ ਦੂਸਰੀ ਗੱਲ ਰਹਿ ਗਈ ਵੀ ਇਹ ਪੰਜਾਬ ਹਰਿਆਣਾ ਜਾਓ, ਨਹੀਂ, ਕੱਲ੍ਹ 1 ਤਰੀਕ ਨੂੰ ਕਰਨਾਟਕਾ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਪੂਰਾ ਕਰਨਾਟਕਾ 'ਚ ਰੇਲਾਂ ਰੋਕੀਆਂ ਗਈਆਂ, ਕਈ ਜਗ੍ਹਾ 'ਤੇ ਸਫਲ ਹੋਏ, ਕਈ ਜਗ੍ਹਾ 'ਤੇ ਗ੍ਰਿਫਤਾਰੀਆਂ ਹੋਈਆਂ, ਬਹੁਤ ਪੂਰੇ ਕਰਨਾਟਕ ਦੇ ਵਿੱਚ ਕੱਲ੍ਹ ਫੜਾ ਫੜਾਈ ਚੱਲਦੀ ਰਹੀ ਪੂਰਾ ਦਿਨ। ਇਵੇਂ ਹੀ ਕੇਰਲਾ 'ਚ, ਬਿਹਾਰ 'ਚ, ਹਰ ਸਟੇਟਾਂ 'ਚ, ਤਮਿਲਨਾਡੂ 'ਚ ਜਿੱਦਣ ਸ਼ੁਭਕਰਮ ਦੀ ਕੈਂਡਲ ਮਾਰਚ ਦੀ ਕਾਲ ਦਿੱਤੀ, 100 ਜਗ੍ਹਾ 'ਤੇ ਤਮਿਲਨਾਡੂ 'ਤੇ ਕੈਂਡਲ ਮਾਰਚ ਕੱਢਿਆ ਗਿਆ, ਬਹੁਤ ਜਗ੍ਹਾ 'ਤੇ ਉਸ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਕਰਕੇ ਦੇਸ਼ ਦਾ ਅੰਦੋਲਨ, ਦੇਸ਼ ਦੀ ਬਲਕਿ ਜਿਹੜੇ ਵਿਦੇਸ਼ਾਂ 'ਚ ਵੀ ਸਾਡੇ ਭਾਰਤ ਦੇ ਵੱਸਦੇ ਬੱਚੇ ਨੇ ਜਾਂ ਸਾਡੇ ਆਪਣੇ ਰਹਿੰਦੇ ਨੇ, ਉਹਨਾਂ ਨੇ ਵੀ ਉੱਥੇ ਕੈਂਡਲ ਮਾਰਚ ਕੱਢੇ ਨੇ ਵਿਦੇਸ਼ਾਂ ਦੇ ਵਿੱਚ ਵੀ, ਚਾਹੇ ਅਮਰੀਕਾ 'ਚ, ਕੈਨੇਡਾ 'ਚ, ਆਸਟ੍ਰੇਲੀਆ, ਉੱਥੇ ਵੀ ਦੁੱਖ ਮਨਾਇਆ ਵੀ ਇੱਕ ਸਾਡੇ ਯੁਵਾ ਸਾਥੀ ਨੂੰ 21 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕੀਤਾ, ਉੱਥੇ ਵੀ ਕੀਤਾ। ਅਤੇ ਮੈਂ ਤਾਂ ਇੱਕ ਗੱਲ ਤੁਹਾਡੇ ਡੇਲੀ ਪੋਸਟ ਚੈਨਲ ਦੇ ਰਾਹੀਂ ਪੂਰੇ ਸਮਾਜ ਨੂੰ, ਕਿਸਾਨ ਨੂੰ, ਮਜ਼ਦੂਰ ਨੂੰ, ਵਪਾਰੀ, ਕਰਮਚਾਰੀ, ਛੋਟਾ ਦੁਕਾਨਦਾਰ, ਟਰਾਂਸਪੋਰਟ ਵਾਲੇ ਸਾਰੇ ਵੀਰਾਂ ਨੂੰ, ਖਾਸ ਕਰਕੇ ਸਾਡੇ ਯੁਵਾ ਜਿਹੜੇ ਵਿਦਿਆਰਥੀ ਨੇ, ਛਾਤਰ ਨੇ, ਉਹਨਾਂ ਨੂੰ ਕਰਨਾ ਚਾਹੁੰਦਾ। ਦੇਖੋ ਇਹ ਪਹਿਲੀ ਵਾਰ ਹੋਇਆ ਵੀ ਸ਼ਹੀਦ ਦਾ ਦਰਜਾ ਦਵਾਇਆ ਚੱਲਦੇ ਅੰਦੋਲਨ 'ਚ, ਇਹ ਲੋਕਾਂ ਦੇ ਇਕੱਠ ਨੇ, ਲੋਕਾਂ ਦੇ ਤਾਕਤ ਨੇ, ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਵਾਇਆ, ਅਤੇ ਉਸ 'ਤੇ ਪੱਕੀ ਮੋਹਰ ਲਾਉਣ ਵਾਸਤੇ ਕੱਲ੍ਹ ਨੂੰ ਉਹਦੇ ਭੋਗ 'ਤੇ, ਉਹਦੀ ਅੰਤਿਮ ਅਰਦਾਸ ਦੇ 11:30 ਦੇ ਵਿੱਚ ਸਾਰੇ ਆਪਾਂ ਬੱਲੋ ਪਿੰਡ ਦੇ ਵਿੱਚ, ਤਹਿਸੀਲ ਰਾਮਪੁਰਾ, ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀਏ, ਤਾਂ ਕਿ ਉਸ ਸ਼ਹੀਦ ਦੇ ਦਰਜੇ ਨੂੰ ਆਪਾਂ ਸਾਬਤ ਕਰੀਏ, ਵੀ ਆਪਣੀ ਕਿਸਾਨੀ ਦੇ ਸ਼ਹੀਦ ਨੂੰ ਸਾਬਤ ਕਰਨ ਵਾਸਤੇ ਆਪਾਂ ਇਕੱਠੇ ਹੋਈਏ। ਉਸ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ, ਉੱਥੇ ਭੋਗ 'ਤੇ ਵੀ ਪਹੁੰਚੀਏ, ਅਤੇ ਜਿਹੜੇ ਜਿਹੜੇ ਬਾਰਡਰਾਂ 'ਤੇ ਉਸ ਘੋਲ ਚੱਲ ਰਹੇ ਨੇ ਉਹਨੂੰ ਮਜ਼ਬੂਤ ਕਰੀਏ, ਕਿਉਂਕਿ ਦੇਖੋ ਅਸੀਂ ਰੋਜ਼ ਨਾਰਾ ਲਾਉਣਾ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ। ਉਹ ਕੀ ਹੈ ਸੋਚ ਸ਼ਹੀਦਾਂ ਦੀ? ਸ਼ੁਭਕਰਮ ਦੀ ਸੋਚ ਕੀ ਸੀ? ਉਹ ਕੀ ਲੈ ਕੇ ਆਇਆ ਸੀ ਵੀ ਅਸੀਂ MSP ਗਰੰਟੀ ਕਾਨੂੰਨ ਲਈ ਔਰ ਸਵਾਮੀਨਾਥਨ ਆਯੋਗ ਦੀ ਰਿਪੋਰਟ ਲਾਗੂ ਕਰਾਉਣ ਨੂੰ, ਕਰਜ਼ਾ ਮਾਫ਼ੀ ਦੀ ਸਾਰੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਹਾਂ? ਉਹੀ ਸੋਚ ਲੈ ਕੇ ਆਇਆ ਸੀ, ਉਹੀ ਸੋਚ ਲੈ ਕੇ ਅੱਗੇ ਖੜ੍ਹਾ ਸੀ, ਸੰਘਰਸ਼ ਕਰ ਰਿਹਾ ਸੀ ਜਦੋਂ ਗੋਲੀ ਲੱਗੀ ਹੈ, ਅਤੇ ਉਹਦੀ ਸੋਚ 'ਤੇ ਅਗਰ ਪਹਿਰਾ ਦੇਣਾ
ਤੇ ਆਪਣੇ ਆਪਣੇ ਨਿੱਜੀ ਰੁਝੇਵਿਆਂ ਨੂੰ ਛੱਡਦੇ ਹੋਏ, ਨਿੱਜੀ ਹਿੱਤਾਂ ਨੂੰ ਛੱਡਦੇ ਹੋਏ ਤੇ ਆਪਣੀ ਆਪਣੀ ਹੋਮੇ ਨੂੰ ਛੱਡਦੇ ਹੋਏ ਇਸ ਘੋਲ ਦਾ ਹਿੱਸਾ ਬਣੀਏ। ਕਿਉਂਕਿ ਤੁਸੀਂ ਪਹਿਲਾਂ ਵੀ ਸਵਾਲ ਜਵਾਬ ਕੀਤੇ ਵੀ ਉਹ ਨਹੀਂ ਆਉਂਦਾ, ਉਹ ਐਵੇਂ ਕਹਿੰਦਾ ਉਵੇਂ ਕਹਿੰਦਾ, ਦੇਖੋ ਜੋ ਮਰਜ਼ੀ ਕਹਿਣ, ਜਦੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਸੀ ਉਹਦੇ ਸਿਧਾਂਤ ਨੇ, ਉਹਨਾਂ ਸਿਧਾਂਤਾਂ ਤੋਂ ਬਾਹਰ ਨਹੀਂ ਜਾ ਸਕਦੇ। ਉਵੇਂ ਹੀ ਉਹਨਾਂ ਨੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਉਹਦੇ ਸਿਧਾਂਤ ਨੇ, ਫਿਰ ਦੋਨੋਂ ਫੋਰਮਾਂ ਨੇ ਮਿਲ ਕੇ ਇੱਕ ਇਕੱਠਾ ਜੋ ਜਾਬਤਾ ਕੀਤਾ ਵੀ ਇਸ ਤੋਂ ਇਹ ਸਾਡੀਆਂ ਘੋਲ ਲੜਨ ਦੇ ਇਹ ਚੀਜ਼ਾਂ ਹੋਣਗੀਆਂ। ਉਸ ਘੋਲ ਦੇ ਵਿੱਚ ਜੋ ਕੁਛ ਜਿਹੜੇ ਸਾਥੀ ਆਉਂਦੇ ਨੇ ਉਹਨਾਂ ਵਾਸਤੇ ਜੀ ਆਇਆਂ ਨੂੰ, ਅਗਰ ਇਸ ਘੋਲ ਦੇ ਵਿੱਚ ਇਹਨਾਂ ਸਮਝ ਰੱਖਣ ਵਾਲਾ ਬੰਦਾ ਆਉਂਦਾ ਹੈ ਤਾਂ ਅਸੀਂ ਜਾ ਕੇ ਉਹਨੂੰ ਜਿਹੜਾ ਹੈਗਾ ਉਹਦਾ ਵੈਲਕਮ ਕਰਾਂਗੇ ਵੀ ਆ ਜਾ ਭਾਈ। ਅਤੇ ਜਿਹੜਾ ਡਰਾਮੇ ਕਰਦਾ ਇਸ ਘੋਲ 'ਚ ਆਉਣ ਦੇ, ਆਉਣਾ ਨਹੀਂ ਚਾਹੁੰਦਾ ਉਹ, ਉਹ ਜਨਤਾ 'ਚ ਆਪਣੀ ਪੈਠ ਬਣਾਈ ਰੱਖਣ ਕਿ ਆਪਣਾ ਕੈਡਰ ਨਾ ਟੁੱਟੇ, ਲੋਕ ਨੂੰ ਗਾਲਾਂ ਨਾ ਕੱਢਣ। ਡਰਾਮੇਬਾਜ਼ੀ ਹੋ ਰਹੀ ਸਰ, ਦੇਖੋ ਨਹੀਂ ਕਹਿਣਾ ਚਾਹੁੰਦੇ ਸੀ ਲੇਕਿਨ ਦਿਲ ਦੁਖਦਾ। ਇੱਕ ਬੰਨੇ ਅਸੀਂ ਸਾਡੇ ਸ਼ਹੀਦ ਦੀ ਜੋ ਹੈ ਪਹਿਲਾਂ ਤਾਂ 8 ਦਿਨ 9 ਦਿਨ ਤੱਕ ਉਹ ਪੋਸਟਮਾਰਟਮ ਵਾਸਤੇ ਉੱਥੇ ਪਿਆ ਰਿਹਾ, 9 ਦਿਨਾਂ ਬਾਅਦ ਭਗਵੰਤ ਮਾਨ ਨੇ ਮੰਨਿਆ, FIR ਕੀਤੀ, 0 FIR। ਉਹ 9 ਦਿਨ ਤੱਕ ਉਸ ਪਰਿਵਾਰ ਦਾ ਕੀ ਹਾਲਾਤ ਹੋਊਗਾ ਜਿਹਨਾਂ ਦਾ ਜਵਾਨ ਬੱਚਾ ਪਿਆ, ਇਸ ਮੋਰਚੇ ਦਾ ਕੀ ਹਾਲਾਤ ਹੋਊਗਾ। ਉਸ ਤੋਂ ਬਾਅਦ ਸੰਸਕਾਰ ਹੋਇਆ, ਕੱਲ੍ਹ ਨੂੰ ਭੋਗ ਗਿਆ, ਅਤੇ ਉਹ ਲੋਕ ਅਜੇ ਵੀ ਜਿਹੜੀ ਅੱਗੇ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਆਪਣੇ ਚੈਨਲ ਰਾਹੀਂ ਜਿਹੜੀਆਂ ਗੱਲਾਂ ਬਾਤਾਂ ਕਰਕੇ ਅਤੇ ਉਹ ਮੀਡੀਆ 'ਚ ਰਹਿ ਰਹੇ ਨੇ, ਉਹ ਕੀ ਉਹ ਮੰਗਾਂ ਦੇ ਉੱਤੇ ਰਾਜੀ ਨਹੀਂ, ਕਿ ਉਸ ਅੰਦੋਲਨ ਨੂੰ ਦੇਖਣਾ ਨਹੀਂ ਚਾਹੁੰਦੇ, ਕਿਉਂ ਨਹੀਂ ਕਰਦੇ? ਉਗਰਾਹਾਂ ਜੀ ਤਾਂ ਪਹਿਲਾਂ ਵੀ ਅਸੀਂ ਸਨਮਾਨ ਕਰਦੇ ਹਾਂ, ਬਜ਼ੁਰਗ ਨੇ, ਵੱਡੇ ਨੇਤਾ ਨੇ, ਉਹ ਪਹਿਲਾਂ ਜਿਹੜਾ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਸੀ, ਉਹ ਪਿੱਛੇ ਸਟੇਜ ਲਾਈ ਸੀ, ਵੱਖਰੀ ਸਟੇਜ ਲਾਈ ਸੀ, ਬੈਠੇ ਸੀ, ਉਦੋਂ ਕਿਸੇ ਨੇ ਸੱਜਾ ਭੇਜਿਆ ਸੀ ਉਹਨਾਂ ਨੂੰ? ਉਦੋਂ ਵੀ ਤਾਂ ਵੱਖਰੇ ਬੈਠੇ ਸੀ, ਉਦੋਂ ਵੀ ਖਰੀਆਂ ਮਿੱਟੀਆਂ ਜਾਂਦੇ ਸੀ, ਅਤੇ ਅੱਜ ਕੀ ਹੋ ਗਿਆ? ਅੱਜ ਵੀ ਤਾਂ ਆ ਜਾਂਦਾ। ਅਸੀਂ ਕਹਿੰਦੇ ਵੀ ਅਸੀਂ ਜਿਹੜਾ ਸਮਝ ਬਣਾਈ ਆ ਇਹਨਾਂ ਨੂੰ, ਫਿਰ ਅਗਰ ਤੁਸੀਂ ਕੌੜੀ ਗੱਲ ਕਰਦੇ ਆ, ਇਹ ਫਿਰ ਜਿਹਦੇ ਸਿਧਾਂਤਾਂ ਤੋਂ ਉੱਪਰ ਹੋ ਕੇ ਸਾਡੇ 'ਤੇ ਆਉਣਗੇ, ਫਿਰ ਕਹਿਣਗੇ ਵੀ ਅਸੀਂ ਇਲੈਕਸ਼ਨ ਫਿਰ ਆ ਗਿਆ, ਫਿਰ ਭੱਜਣਗੇ। ਫਿਰ ਜਿਹੜੇ ਇਹ ਲੋਕ, ਇਹਨਾਂ ਦਾ ਕੀ ਕਸੂਰ ਆ? ਜਿਹੜੇ ਟਰਾਲੀਆਂ ਲੈ ਕੇ ਇੰਨੀ ਮੀਂਹ ਦੇ ਵਿੱਚ ਬੈਠੇ ਨੇ, ਆਪਣੇ ਘਰ ਖੇਤ ਛੱਡ ਕੇ ਇੱਥੇ ਬੈਠੇ ਨੇ, ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਜਿਹੜੇ ਇਨਸਾਫ ਅੱਗੇ ਚੱਲਦਾ ਰਹੇ, ਖੇਤੀ ਸਾਡੀ ਬਚੀ ਰਹੇ, ਖੇਤੀ ਸੈਕਟਰ ਬਚਿਆ ਰਹੇ। ਖੇਤੀ ਸੈਕਟਰ ਤਾਂ ਹੀ ਬਚੂਗਾ ਜਿਹੜੀਆਂ ਮੰਗਾਂ 'ਤੇ ਅਗਰ ਸਰਕਾਰ ਮੰਨਦੀ ਹੈ, MSP 'ਤੇ ਖਰੀਦ ਹੁੰਦੀ ਹੈ, ਸਵਾਮੀਨਾਥਨ ਯੋਗ ਦੀ ਰਿਪੋਰਟ ਲਾਗੂ ਹੁੰਦੀ ਹੈ, ਨਹੀਂ ਤਾਂ ਹੌਲੀ ਹੌਲੀ ਖੇਤੀ ਖਤਮ ਹੋ ਜੂਗੀ। ਅਗਰ ਉਸ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਉਹ ਆਉਣਾ ਚਾਹੁੰਦੇ ਨੇ ਤਾਂ ਆਉਣ, ਲੇਕਿਨ ਰੋਜ਼ ਜਿਹੜਾ ਹੈਗਾ TV ਦੇ ਉੱਪਰ ਬੈਠ ਕੇ ਡਿਬੇਟ ਕਰਕੇ ਅਗਰ ਕੋਈ ਗੱਲ ਹੁੰਦੀ ਹੈ, ਉਹ ਪਹਿਲਾਂ ਇਸ ਫੋਰਮ ਦੀ ਮੀਟਿੰਗ ਚੱਲ ਲਈ ਜਵਾਬ ਉਹ ਦਿੰਦੇ ਆ, ਅਸੀਂ ਐਵੇਂ ਨਹੀਂ ਕਰਦੇ, ਅਸੀਂ ਐਵੇਂ ਕਰਦੇ, ਅਸੀਂ ਐਵੇਂ ਕਰਨੇ। ਔਰ ਇੱਕ ਗੱਲ ਮੈਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਜੋ ਸਾਡੇ ਸਾਥੀ ਦੇਖ ਰਹੇ ਉਹਨਾਂ ਨੂੰ ਸਪਸ਼ਟ ਕਹਿਣਾ ਚਾਹੁੰਦਾ, ਸਾਥੀਓ ਕਈ ਨੇਤਾਵਾਂ ਨੂੰ ਸਰਕਾਰ ਨੇ ਪ੍ਰਮੋਟ ਕਰ ਰੱਖਿਆ, ਸਾਡਾ ਸਾਥੀ ਕੋਈ ਪ੍ਰਦਰਸ਼ਨ ਕਰਦਾ, 5 ਬੰਦੇ ਵੀ ਜਾਂਦੇ ਇਹਨਾਂ ਮੋਰਚਿਆਂ ਨਾਲ ਜੁੜੇ, ਉਹਨੂੰ ਫੜਿਆ ਜਾਂਦਾ, ਉਹਨਾਂ ਨੂੰ ਪ੍ਰਦਰਸ਼ਨ ਕਰ ਗਏ, ਅਗਰ 100 ਬੰਦੇ 200 ਬੰਦੇ ਵੀ ਜਾਂਦੇ ਆ ਤਾਂ ਉਹਨਾਂ ਜੋ ਕੁਛ ਵੀ ਕਰਦੇ ਨੇ, ਕੁਛ ਚੀਜ਼ ਕਰਦੇ ਨੇ, ਉਹਨੂੰ ਕੋਈ ਦਿੱਕਤ ਨਹੀਂ। ਪੈਰਲਰ ਪ੍ਰੋਗਰਾਮ ਦਿੱਤੇ ਜਾ ਰਹੇ ਇਸ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ, ਸਾਨੂੰ ਬਹੁਤੀ ਕਈ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਦੇਖੋ ਹਰ ਬੰਦੇ ਨੂੰ ਸਮਝ ਨਹੀਂ ਉਹ ਕੀ ਕਹਿ ਰਿਹਾ, ਉਹ ਮੋਰਚੇ ਇਸ ਦੀ ਹਮਾਇਤ ਕਰਕੇ ਪ੍ਰੋਗਰਾਮ ਦਿੰਦੇ ਨੇ ਵੀ ਅਸੀਂ ਉਹਦੀ ਹਮਾਇਤ ਦੇ ਰਹੇ ਹਾਂ। ਹਮਾਇਤ ਤਾਂ ਹੈ ਨਾ ਜੇ ਸਿਸਟਮ ਜਿਹੜਾ ਪ੍ਰੋਗਰਾਮ ਅਸੀਂ ਦਿੱਤਾ ਉਹਨੂੰ ਲਾਗੂ ਕਰਨ, ਉਹ ਪ੍ਰੋਗਰਾਮ ਆਪਣਾ ਦੇਣ, ਕੋਈ ਗੱਲ ਨਹੀਂ। 26 ਮਹੀਨਿਆਂ ਤੱਕ ਉਹਨਾਂ ਨੇ ਕਿੰਨੇ ਪ੍ਰੋਗਰਾਮ ਕੀਤੇ ਅਤੇ 13 ਤਰੀਕ ਤੋਂ ਹੁਣ ਲੈ ਤੱਕ ਕਿੰਨੇ ਪ੍ਰੋਗਰਾਮ ਕੀਤੇ ਦੇਖ ਲਓ, 26 ਮਹੀਨਿਆਂ ਦੇ ਵਿੱਚ ਉਹਨੇ ਪ੍ਰੋਗਰਾਮ ਕੀਤੇ ਜਿਹਨੇ ਹੁਣ ਕਰਤੇ। ਇਹ ਕੀ ਮਤਲਬ ਹੁਣ ਕੀ ਜਲਦੀ ਕਿਵੇਂ ਹੋਊਗੀ? ਹੁਣ ਰੋਜ਼ਾਨਾ ਪ੍ਰੋਗਰਾਮ ਕਿਵੇਂ ਦੇਣ ਲੱਗ ਗਏ? ਰੋਜ਼ਾਨਾ ਜਿਹੜੇ ਹੈਗੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ
ਜਾਂ ਤਾਂ ਰੂਟੀਨ ਚ ਉਹਨਾਂ ਦੇ ਉਸ ਰੂਟੀਨ ਨਾਲ ਉਨੀ ਤੇਜ਼ੀ ਨਾਲ ਚੱਲ ਰਿਹਾ, ਠੀਕ ਆ ਮੰਨਣਗੇ, ਜਨਤਾ ਵੀ ਜਾਣਦੀ ਆ, ਕਿਸਾਨ ਜਾਣਦੇ, ਸਾਰੇ ਦੇਖਣ ਵਾਲੇ ਜਾਣਦੇ ਆ, ਜੇ ਹੁਣ ਤੇ ਉਹਨਾਂ ਦੇ ਪ੍ਰੋਗਰਾਮ ਚ ਫਰਕ ਪਿਆ ਤਾਂ ਕਿਵੇਂ ਪੈ ਗਿਆ, ਇਹ ਜਨਤਾ ਜਾਣਦੀ ਆ। ਪੂਰੇ ਕਿਸਾਨ ਲੀਡਰ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ ਖੁੱਲ ਕੇ ਗੱਲਬਾਤ ਆ ਜਿਹੜੀ ਮੋਰਚੇ ਦੇ ਨਾਲ ਕੀਤੀ ਆ, ਤੇ ਈਵਨ ਜਥੇਬੰਦੀਆਂ ਦੇ ਹੋਰ ਲੀਡਰਾਂ ਨੂੰ ਜਿਹੜਾ ਕਿਹਾ ਗਿਆ ਕਿ ਜੇਕਰ ਉਹ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਨਹੀਂ ਦੇ ਸਕਦੇ ਤਾਂ ਉਹ ਇਸ ਅੰਦੋਲਨ ਨੂੰ ਕਮਜ਼ੋਰ ਨਾ ਕਰਨ, ਫਾਲਤੂ ਬਿਆਨਬਾਜ਼ੀਆਂ ਦੇਣ ਤੋਂ ਬਾਅਦ। ਈਵਨ ਬਹੁਤ ਸਾਰੇ ਲੀਡਰਾਂ ਨੂੰ ਜਿਹੜਾ ਇਹ ਡਰਾਮੇਬਾਜ਼ ਤੱਕ ਜਿਹੜਾ ਇਸ ਅੰਦੋਲਨ ਦੇ ਵਿੱਚ ਆਗੂਆਂ ਦੇ ਵੱਲੋਂ ਜਿਹੜਾ ਉਹ ਕਿਹਾ ਗਿਆ, ਅਤੇ ਫਿਲਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ ਰੇਖਾ ਜਿਹੜੀ ਇਸ ਅੰਦੋਲਨ ਦੀ ਰਹਿੰਦੀ ਹੈ ਦੇਖਣੀ ਬੇਹਤਮ ਰਹੇਗੀ। ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸੰਮਤਪ੍ਰੀਤ ਸਿੰਘ, ਖਨੌਰੀ ਬਾਰਡਰ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।